ਤੇ ਸਾਡਾ ਕੀ ਹੈ? ਆ ਸਾਡੇ ਕੋਲ ਤਾਂ ਗਰਾਊਂਡ ਹੀ ਨਹੀਂ ਮਾਨ ਸਾਨੂੰ ਆ ਜਿਹੜਾ ਸਾਹਮਣੇ ਪਿਆ। ਉਹ ਇੱਥੇ ਆਉਂਦੇ ਨੇ ਤੇ ਇੱਧਰ ਬੱਚੇ ਕੁਰਾਨ ਪੜ੍ਹਦੇ ਨੇ ਤੇ ਪਰ ਜੋ ਕੰਜਰਖਾਨਾ ਖੁੱਲਿਆ ਹੁੰਦਾ, ਜੋ ਕੰਮ ਬੇਟੀ ਰੁਖਸਤ ਫਰਮਾਨੀ ਹੈ ਜੀ, ਹਮਨੇ ਹਮ ਬਿਟੀਆ ਕੀ ਸ਼ਾਦੀ ਕਰਨਾ ਚਾਹਤੇ ਹੈ, ਹਮ ਉਸਕੋ ਰੁਖਸਤ ਫਰਮਾਨਾ ਚਾਹਤੇ ਹੈ ਦੁਆਓਂ ਕੇ ਸਾਥ। ਕਾਰੀ ਸਾਹਿਬ ਜ਼ਰਾ ਦੁਆ ਫਰਮਾ ਦੇ, ਹਾਫਿਜ਼ ਸਾਹਿਬ ਜ਼ਰਾ ਦੁਆ ਫਰਮਾ ਦੇ, ਹਾਜੀ ਸਾਹਿਬ ਜ਼ਰਾ ਦੁਆ ਫਰਮਾ ਦੀਜੀਏ, ਨਮਾਜ਼ੀ ਸਾਹਿਬ ਜ਼ਰਾ ਦੁਆ। ਵਿੱਚ ਮਾਸ਼ਾਅੱਲਾ ਪੱਕੇ ਭਾਬੀ ਵੀ ਕਈ ਬੈਠੇ, ਪੱਕੇ ਸੁਣਨੀ ਮਾਸ਼ਾਅੱਲਾ ਪੱਕੇ ਭਾਬੀ ਬੈਠੇ ਹੁੰਦੇ ਨੇ ਵਿੱਚ ਮਾਸ਼ਾਅੱਲਾ, ਲੰਬੀਆਂ ਲੰਬੀਆਂ ਦਾੜੀਆਂ ਬੈਠੇ ਜਨਾਬ, ਮਿਊਜ਼ਿਕ ਵੱਜ ਰਿਹਾ ਲੇਕਿਨ ਉਹ ਕਹਿੰਦੇ ਨੇ ਨਹੀਂ ਅਸੀਂ ਖਾਣੇ ਨੂੰ ਚੰਗਾ ਰਗੜ ਰਹੇ ਹਾਂ, ਗੇੜ ਰਹੇ ਹਾਂ, ਅਸੀਂ ਆਪਣਾ ਨਿਹੁੰਦਰਾ ਦਿੱਤਾ ਹੱਕ ਪੂਰਾ ਕਰ ਰਹੇ ਹਾਂ, ਅੱਲਾ ਮਾਫ਼ ਫਰਮਾਏ, ਮਿਊਜ਼ਿਕ ਪੂਰਾ ਚੱਲ ਰਿਹਾ, ਅੱਲਾ ਉਹ ਬਾਈਕਾਟ ਕਰੋ ਪਿਆਰਿਓ। ਹੁੰਦਾ ਕੀ ਹੈ, ਉੱਧਰ ਕਿਸੇ ਨੇ ਨਹੀਂ ਜਾਣਾ, ਪੂਰੇ ਇਲਾਕੇ 'ਚੋਂ ਕਿਸੇ ਨੇ ਨਹੀਂ ਕਹਿਣਾ, ਮੈਂ ਇੱਥੋਂ ਦੀ ਬਾਤ 'ਤੇ ਮਿਸਾਲ ਦੇ ਰਹੇ ਨੇ, ਐਗਜ਼ੈਂਪਲ ਦੇ, ਔਰ ਪੂਰੇ ਪਾਕਿਸਤਾਨ ਅੰਦਰ ਫਿਰ ਜਾ ਗੱਲ ਇੱਥੇ ਹੀ ਮੁੱਕੇਗੀ ਸਾਰੀ। ਕਿਸੇ ਨੇ ਨਹੀਂ ਆਖਣਾ ਕਿ ਯਾਰ ਤੁਸੀਂ ਅਪਾਨਾ ਸਿਗਰਟਾਂ ਦੀਆਂ ਦੁਕਾਨਾਂ, ਕਿਸੇ ਨਹੀਂ ਆਖਣਾ ਡਾਕੂ ਚਲਾਇਆ, ਕਿਸੇ ਨਹੀਂ ਰਿਕਸ਼ੇ ਵਾਲੇ ਨੂੰ ਆਖਣਾ ਆ ਤੂੰ ਗੰਦੀਆਂ ਕੰਜਰੀਆਂ ਲਾਈਆਂ ਉੱਚੇ ਉੱਚੇ ਕੀ ਕਰੀ ਜਾ ਰਹੇ, ਕਿਸੇ ਨੇ ਹੀ ਆਖਣਾ। ਤੇ ਜੇ ਖੈਰ ਨਾਲ ਕੁਰਾਨ ਦੀ ਆਵਾਜ਼ ਆ ਗਈ ਤੇ ਫੌਰਨ ਉਹ ਆਪਣਾ ਮੋਬਾਈਲ ਚੁੱਕ ਕੇ ਫੋਨ ਚੱਕ ਕੇ ਆਪਣਾ ਫੌਰੀ ਥਾਣੇ ਦੀ ਮਸੀਤੇ ਖਰਾਫਾਤ ਹੋ ਰਹੀ, ਇੱਥੋਂ ਖਦਸ਼ਾ ਲੜਾਈ ਦਾ ਖਦਸ਼ਾ ਜ਼ਾਹਿਰ ਹੋ ਰਿਹਾ ਕਿ ਕਾਹਦੀ ਲੜਾਈ, ਅਖੇ ਕੁਰਾਨ ਪੜਿਆ ਜਾ ਰਿਹਾ, ਲੜਾਈ ਨਾ ਕਿਧਰੇ ਹੋ ਜਾਵੇ, ਮਾਸ ਮੁਸਲਮ ਸ਼ਰੀਫ ਦੀ ਹਦੀਸ ਬਿਆਨ ਕੀਤੀ ਹੈ ਨਾ, ਯਾਨੀ ਅੱਲਾਹ ਬੜਾ ਸ਼ੌਕ ਨਾਲ ਸੁਣਦੇ ਨੇ ਕੁਰਾਨ ਦੀ ਸੁਹਣੀ ਆਵਾਜ਼ ਨੂੰ, ਕੁਰਾਨ ਵਾਲੀ ਉੱਚੀ ਆਵਾਜ਼ ਨੂੰ, ਸੁਬਹਾਨ ਅੱਲਾ ਸੁਬਹਾਨ ਅੱਲਾ। ਮੈਂ ਨਾ ਕੁਰਾਨ ਪੜ੍ਹਨਾ ਫਰਜ਼ ਨਹੀਂ ਹੈ, ਲੇਕਿਨ ਜਦੋਂ ਪੜ੍ਹਿਆ ਜਾ ਰਿਹਾ ਹੋਵੇ ਉਦੋਂ ਸੁਣਨਾ ਫਰਜ਼ ਹੋ ਜਾਂਦਾ ਹੈ। ਅੱਲਾਹੁ ਅਕਬਰ ਅੱਲਾ ਅੱਲਾ।